ਕਬੂਤਰਬਾਜ਼ੀ ਤੋਂ ਬਾਅਦ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ। ਕਤਲ ਦੇ ਇਲਜ਼ਾਮ ਇੱਕ ਪੰਜਾਬੀ ਕਲਾਕਾਰ ਤੇ ਲੱਗੇ ਨੇ। ਔਜਲਾ ਇਸ ਮਾਮਲੇ ਦੇ ਵਿੱਚ ਹਾਲੇ ਫਰਾਰ ਹੈ, ਜਿਸ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਨੌਜਵਾਨ ਦਾ 23 ਜੂਨ ਨੂੰ ਖੰਨਾ ਦੇ ਪਿੰਡ ਇਕੋਲਾਹਾ ਦੇ ਵਿੱਚ ਕਤਲ ਹੋਇਆ ਸੀ। 21 ਸਾਲ ਦੇ ਗੁਰਦੀਪ ਸਿੰਘ ਮਾਣਾ ਦੇ ਸਿਰ ਤੇ ਲੋਹੇ ਦੀ ਰੌੜ ਮਾਰ ਕੇ ਉਸਦਾ ਕਤਲ ਕੀਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪੰਜਾਬੀ ਗਾਇਕ ਕੁਲਦੀਪ ਸਿੰਘ ਵਿੱਕੀ ਉਰਫ ਵੀ ਦੀਪ ਨੂੰ ਗ੍ਰਿਫਤਾਰ ਕੀਤਾ ਸੀ, ਪਰ ਉਸਦਾ ਪੁੱਤਰ ਦਮਨ ਔਜਲਾ ਹਾਲੇ ਫਰਾਰ ਹੈ। ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਔਰ ਇਸ ਮਾਮਲੇ ਦੇ ਨਾਲ ਜੁੜੇ ਹੋਰ ਵਿਅਕਤੀਆਂ ਦੇ ਨਾਮ ਦੱਸੇ ਗਏ ਨੇ। ਪੰਜਾਬੀ ਗਾਇਕ ਦੇ ਮੁੰਡੇ ਸਮੇਤ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ ਔਰ ਅੱਜ ਪੀੜਤ ਪਰਿਵਾਰ ਦੇ ਵੱਲੋਂ SSP ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਮ੍ਰਿਤਕ ਦੀ ਦਾਦੀ ਨੇ ਦੱਸਿਆ ਕਿ ਗੁਰਦੀਪ ਸਿੰਘ ਮਾਣਾ ਦੇ ਮਾਤਾ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਉਸਨੇ ਹੀ ਬੱਚਿਆਂ ਨੂੰ ਪਾਲਿਆ। ਹੁਣ ਗੁਰਦੀਪ ਸਿੰਘ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਮੁਲਜ਼ਮਾਂ ਨੇ ਕਤਲ ਕਰਕੇ ਪਰਿਵਾਰ ਨੂੰ ਬੇਸਹਾਰਾ ਬਣਾ ਦਿੱਤਾ। ਇਸ ਦੇ ਨਾਲ ਹੀ ਪੁਲਿਸ ਨੇ 1 ਮਹੀਨੇ ਦੇ ਵਿੱਚ ਠੋਸ ਕਾਰਵਾਈ ਨਹੀਂ ਕੀਤੀ। ਮੁਲਜ਼ਮ ਦੇ ਪੁੱਤਰ ਸਮੇਤ ਹੋਰਨਾਂ ਲੋਕਾਂ ਨੂੰ ਬਚਾਇਆ ਜਾ ਰਿਹਾ। ਥੋੜ੍ਹੀ ਜਿਹੀ ਗੁਰਦੁਆਰੇ ਮੂਹਰੇ ਸਾਡੇ ਚੌਂਕ ਜਿਹੇ 'ਚ ਮਾਰਤਾ, ਉੱਥੇ ਅਲਾਰਮ ਮਾਰ ਕੇ ਮੁੰਡੇ ਦੇ। ਕੋਈ ਕਾਰਵਾਈ ਨਹੀਂ ਹੋਈ, ਕਹਿੰਦੇ ਅਸੀਂ ਅੱਜ ਫੜਦੇ ਕੱਲ ਫੜਦੇ, ਮਹੀਨੇ ਤੇ ਉੱਤੇ ਹੋ ਗਿਆ, ਕੋਈ ਪਤਾ ਨਹੀਂ ਲੱਗਦਾ। ਅਸੀਂ ਕਰਾਂਗੇ ਜਿੰਨਾ ਹੋ ਸਕੇ ਕਰਾਂਗੇ, ਤਾਂ ਮਰਨਾ ਮਾਰ ਦੇਣ ਸਾਨੂੰ, ਹੋਰ ਸਾਡਾ ਕੁਛ ਨਹੀਂ। ਕਿੰਨੇ ਭੈਣ ਭਾਈ ਸੀਗੇ ਜੀ? ਇੱਥੇ 4 ਪਹਿਲਾਂ ਕੁੜੀ ਮਰ ਗਈ, ਫਿਰ ਆਪਣਾ ਬਾਪ ਮਰ ਗਿਆ, ਮਾਂ ਮਰ ਗਈ, ਇੱਕ ਭੈਣ ਆ, ਇੱਕ ਭਾਈ ਆ ਛੋਟਾ, ਉਹ ਵੀ ਨਿਆਣਾ, ਉਹ ਵੀ ਕੁਛ ਨਹੀਂ। ਇਹੀ ਬੜਾ ਸੀ, ਇਹੀ ਸਾਨੂੰ ਰੋਟੀ ਦਿੰਦਾ ਸੀ। ਮੇਰੇ 2 ਪੁੱਤ ਮੁੱਕ ਗਏ, ਇੱਕ ਬੜੇ ਮੁੰਡੇ ਦਾ ਪੋਤਾ ਮੁੱਕ ਗਿਆ, ਸਾਰਾ ਸਹਾਰਾ ਇਹੀ ਸੀਗਾ। ਸਾਡਾ ਕੋਈ ਸਹਾਰਾ ਨਹੀਂ ਸੀਗਾ, ਸਾਨੂੰ ਇਨਸਾਫ ਚਾਹੀਦਾ। ਸਾਨੂੰ ਕਿਉਂ ਨਹੀਂ ਸਾਡਾ ਇਨਸਾਫ ਕਰਦੇ? ਜੇ ਉਹਨਾਂ ਕੋਲ ਪੈਸੇ ਨੇ ਸਾਨੂੰ ਮਾਰਨਾ, ਸਾਨੂੰ ਗੋਲੀ ਲਿਖਾ ਦੇਣ ਸਾਡੇ 'ਚ, ਅਸੀਂ ਮਰਨ ਨੂੰ ਤਿਆਰ ਹਾਂ। ਸਾਡਾ ਇੱਥੇ ਹਾਈ ਕੀ ਰਾਹ ਕੀ ਗਿਆ, ਸਾਡਾ ਕੁਛ ਨਹੀਂ ਰਿਹਾ ਹੈਗਾ। ਚਾਚਾ ਜੀ ਦਾ ਬੇਟਾ ਸੀਗੇ, ਉਹਨਾਂ ਦਾ ਜੀ ਉਹ ਸੀਗਾ, ਝਗੜਾ ਮਾੜਾ ਹੋਇਆ, ਉਹਨਾਂ ਨੇ ਰਾੜ ਮਾਰ ਕੇ ਸਾਡਾ ਮੁੰਡਾ ਮਾਰਤਾ ਜੀ, ਮੁੰਡਾ ਮਾਰ ਕੇ ਜੀ। 1 ਮਹੀਨਾ ਹੋ ਗਿਆ ਪੂਰਾ, ਸਾਡਾ ਕੋਈ ਹੱਲ ਨਹੀਂ, ਕੋਈ ਸੁਣਵਾਈ ਨਹੀਂ ਹੋਈ ਹੈਗੀ, ਕੋਈ ਰੈਸਟ ਨਹੀਂ ਪਈ ਹੈਗੀ, ਸਾਰੇ ਘਰਦਿਆਂ ਨੇ ਨੰਬਰ ਚੱਲਦੇ ਨੇ, ਸਾਰਾ ਕੁਛ ਚੱਲਦਾ, ਕੁਛ ਨਹੀਂ ਹੋਇਆ ਹੈਗਾ ਸਾਨੂੰ ਜੀ। ਐਸ ਡਿਪਟੀ ਸਾਹਿਬ ਨੇ ਕਿਹਾ ਵੀ ਮੈਨੂੰ ਗੁਰ ਸੌਹਾਂ ਲੱਗ ਵੀ ਮੈਂ 5 ਦਿਨ 'ਚ ਮੁੰਡਾ ਪੇਸ਼ ਕਰ ਦੂੰ। ਅੱਜ ਜੀ ਪੂਰਾ 1 ਮਹੀਨਾ 4 ਦਿਨ ਹੋ ਗਏ, ਅੱਜ ਤੱਕ ਮੁੰਡਾ ਕੋਈ ਪੇਸ਼ ਨਹੀਂ ਹੋਇਆ, ਸਾਡੀ ਕੋਈ ਸੁਣਵਾਈ ਨਹੀਂ ਕਰੀ ਹੈਗੀ। 1 ਮਹੀਨਾ ਹੋ ਗਿਆ ਜੀ, ਅਸੀਂ 10 ਦਿਨ ਲਈ, ਜਿੰਨਾ ਤੱਕ ਮੁੰਡਾ ਅਰੈਸਟ ਨਹੀਂ ਹੁੰਦਾ, ਅਸੀਂ 10 ਦਿਨ ਚਾਹੇ 15-20 ਮਹੀਨਾ ਅਸੀਂ ਲਾਵਾਂਗੇ, 24 ਘੰਟੇ ਦਾ ਧਰਨਾ ਸਾਡਾ। ਮੇਰਾ ਭਾਈ ਸੀਗਾ ਜੀ, ਚਾਚਾ ਜੀ ਦਾ ਮੁੰਡਾ, ਕੰਮ ਜੀ ਡਰਾਈਵਰੀ ਕਰਦਾ ਜੀ ਮਸ਼ੀਨ 'ਤੇ। ਇਹਨਾਂ ਦੀ ਮਾੜੀ ਮੋਟੀ ਬਹਿਸ ਹੋਈ, ਘਰੋਂ ਬੁਲਾ ਕੇ ਉਹਨਾਂ ਨੇ ਰਾੜ ਮਾਰੀ ਸਿਰ 'ਤੇ।